ਸੋ ਰੀਸੈਂਟਲੀ ਜੋ ਸਪਾਊਜ਼ਲ ਓਪਨ ਵਰਕ ਪਰਮਿਟ ਐਪਲੀਕੇਸ਼ਨਸ ਆ ਉਸ ਦੀਆਂ ਜ਼ਿਆਦਾ ਰਿਫਿਊਜ਼ਲਸ ਆ ਰਹੀਆਂ ਐਂਡ ਐਪਲੀਕੈਂਟਸ ਇਸ ਸਿਚੁਏਸ਼ਨ ਦੇ ਵਿੱਚ ਕਨਫਿਊਜ਼ ਹੋ ਰਹੇ ਆ ਕਿ ਉਹਨਾਂ ਲਈ ਰੀਕੰਸੀਡਰੇਸ਼ਨ ਲਗਾਉਣੀ ਜ਼ਿਆਦਾ ਬੈਟਰ ਆਪਸ਼ਨ ਆ ਜਾਂ ਫਿਰ ਐਪਲੀਕੇਸ਼ਨ ਨੂੰ ਰੀਅਪਲਾਈ ਕਰ ਦੇਣਾ ਚਾਹੀਦਾ। ਸੋ ਜੇ ਆਪਾਂ ਰੀਸੈਂਟ ਚੇਂਜਸ ਦੇਖੀਏ ਜੋ ਕਿ ਸੈਪਟੈਂਬਰ ਦੇ ਵਿੱਚ ਅਨਾਊਂਸ ਹੋਈਆਂ ਸੀ ਕਿ ਆਉਣ ਵਾਲੇ ਕੁਛ ਮੰਥਸ ਦੇ ਵਿੱਚ ਹੀ ਸਪਾਊਜ਼ਲ ਓਪਨ ਵਰਕ ਪਰਮਿਟ ਦੀਆਂ ਜੋ ਚੇਂਜਿਸ ਆ ਉਹ ਇੰਪਲੀਮੈਂਟ ਹੋਣ ਜਾ ਰਹੀਆਂ। ਸੋ ਇਸ ਚੀਜ਼ ਨੂੰ ਆਪਾਂ ਮੇਨ ਕੰਸੀਡਰੇਸ਼ਨ ਦੇ ਵਿੱਚ ਰੱਖ ਕੇ ਡਿਸਕਸ ਕਰਦੇ ਹਾਂ ਜੋ ਤੁਹਾਡੇ ਲਈ ਕਿਹੜੀ ਆਪਸ਼ਨ ਜ਼ਿਆਦਾ ਬੈਟਰ ਹੋ ਸਕਦੀ ਹੈ। ਸੋ ਤੁਸੀਂ ਰੀਕੰਸੀਡਰੇਸ਼ਨ ਨਾਲ ਪ੍ਰੋਸੀਡ ਕਰ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਜੋ ਵੀ ਤੁਹਾਡੀਆਂ ਰਿਫਿਊਜ਼ਲ ਦੀਆਂ ਰੀਜ਼ਨ ਸੀ ਜੇ ਉਹਨਾਂ ਨੂੰ ਤੁਸੀਂ ਬੈਟਰ ਐਕਸਪਲੇਨ ਕਰ ਸਕਦੇ ਹੋ, ਤੁਹਾਡੇ ਕੋਲ ਸਪੋਰਟਿੰਗ ਇਨਫੋਰਮੇਸ਼ਨ ਐਂਡ ਡਾਕੂਮੈਂਟਸ ਹੈਗੇ ਆ ਤਾਂ ਤੁਸੀਂ ਰੀਕੰਸੀਡਰੇਸ਼ਨ ਅਪਲਾਈ ਕਰ ਸਕਦੇ ਹੋ। ਬਟ ਇਸ ਕੇਸ ਦੇ ਵਿੱਚ ਆਫਿਸਰ ਕੋਲ ਇੱਕ ਆਪਸ਼ਨ ਹੁੰਦਾ ਕਿ ਅਗਰ ਉਹਨਾਂ ਨੂੰ ਲੱਗੇ ਕਿ ਤੁਹਾਡੇ ਜੋ ਪ੍ਰੋਵਾਈਡਿਡ ਡਾਕੂਮੈਂਟਸ ਆ ਉਹ ਇਨਫ ਸਪੋਰਟਿੰਗ ਪਰੂਫ ਨਹੀਂ ਹੈਗੇ ਤੁਹਾਡੀ ਐਪਲੀਕੇਸ਼ਨ ਰੀਓਪਨ ਕਰਨ ਲਈ, ਤਾਂ ਉਹ ਹੋ ਸਕਦਾ ਤੁਹਾਡੀ ਐਪਲੀਕੇਸ਼ਨ ਨਾ ਰੀਓਪਨ ਕਰਨ, ਜਿਸ ਦੇ ਕਰਕੇ ਜੋ ਤੁਹਾਡਾ ਪ੍ਰੀਵੀਅਸ ਡਿਸੀਜਨ ਸੀ ਜੋ ਕਿ ਰਿਫਿਊਜ਼ਲ ਦਾ ਸੀ ਉਹੀ ਉਹ ਸੇਮ ਮੇਨਟੇਨ ਰੱਖ ਸਕਦੇ ਆ। ਐਂਡ ਅਗਰ ਡਿਊਰਿੰਗ ਦਿਸ ਟਾਈਮ ਰੂਲਸ ਚੇਂਜ ਹੋ ਜਾਂਦੇ ਆ ਤਾਂ ਤੁਸੀਂ ਹੋ ਸਕਦਾ ਆਪਣੀ ਸਪਾਊਜ਼ਲ ਵਰਕ ਪਰਮਿਟ ਦੀ ਐਪਲੀਕੇਸ਼ਨ ਨਾ ਲਗਾ ਸਕੋ ਅਗਰ ਤੁਸੀਂ ਜੋ ਨਵੀਆਂ ਰਿਕੁਆਇਰਮੈਂਟਸ ਹੋਣਗੀਆਂ ਉਹ ਨਹੀਂ ਮੀਟ ਕਰਦੇ ਹੋਵੋਗੇ। ਔਨ ਦਾ ਅਦਰ ਹੈਂਡ ਜੇ ਆਪਾਂ ਗੱਲ ਕਰੀਏ ਤਾਂ ਰੀਅਪਲਾਈ ਕਰਨ ਦੀ, ਤਾਂ ਉਸ ਦੇ ਵਿੱਚ ਜਦੋਂ ਵੀ ਤੁਸੀਂ ਆਪਣੀ ਐਪਲੀਕੇਸ਼ਨ ਰੀਅਪਲਾਈ ਕਰਦੇ ਹੋ ਉਸ ਦੇ ਵਿੱਚ ਤੁਹਾਨੂੰ$255 ਦੀ ਜੋ ਫੀਸ ਆ ਉਹ ਤਾਂ ਡੈਫੀਨੇਟਲੀ ਪੇ ਕਰਨੀ ਪੈਂਦੀ ਆ, ਬਟ ਜੋ ਤੁਹਾਡੀ ਐਪਲੀਕੇਸ਼ਨ ਆ ਉਹ ਸਟੇਜ 1 ਤੋਂ ਰਿਵਿਊ ਹੁੰਦੀ ਆ। ਸੋ ਜੋ ਵੀ ਤੁਹਾਡੀ ਸਪੋਰਟਿੰਗ ਡਾਕੂਮੈਂਟ ਐਂਡ ਇਨਫੋਰਮੇਸ਼ਨ ਹੋਊਗੀ ਉਹ ਆਫਿਸਰ ਡੈਫੀਨੇਟਲੀ ਥੋਰਲੀ ਰਿਵਿਊ ਕਰਨਗੇ, ਜਿਸ ਦੇ ਵਿੱਚ ਉਹਨਾਂ ਕੋਲ ਆਪਸ਼ਨ ਨਹੀਂ ਹੁੰਦੀ ਕਿ ਉਹ ਇਸ ਐਪਲੀਕੇਸ਼ਨ ਨੂੰ ਰਿਵਿਊ ਕਰਨਾ ਚਾਹੁੰਦੇ ਆ ਜਾਂ ਨਹੀਂ। ਸੋ ਇਸ ਕਰਕੇ ਤੁਹਾਡੇ ਕੋਲ ਇੱਕ ਬੈਟਰ ਚਾਂਸ ਹੁੰਦਾ ਆਪਣੀ ਜੋ ਵੀ ਸਪੋਰਟਿੰਗ ਇਨਫੋਰਮੇਸ਼ਨ ਆ ਉਸਨੂੰ ਐਕਸਪਲੇਨ ਕਰਨ ਦਾ, ਉਸਨੂੰ ਪ੍ਰੂਵ ਕਰਨ ਦਾ ਕਿ ਤੁਸੀਂ ਐਲੀਜੀਬਿਲਟੀ ਰਿਕੁਆਇਰਮੈਂਟਸ ਮੀਟ ਕਰਦੇ ਹੋ ਐਂਡ ਯੂ ਆਰ ਦਾ ਰਾਈਟ ਕੈਂਡੀਡੇਟ ਫੋਰ ਦਾ ਅਪਰੂਵਲ ਆਫ ਅ ਸਪਾਊਜ਼ਲ ਓਪਨ ਵਰਕ ਪਰਮਿਟ ਐਪਲੀਕੇਸ਼ਨ। ਸੋ ਜੇ ਆਪਾਂ ਕਰੰਟ ਸਿਨੈਰੀਓਸ ਨੂੰ ਦੇਖੀਏ ਤਾਂ ਤੁਹਾਡੇ ਲਈ ਰੀਅਪਲਾਈ ਕਰਨਾ ਇਜ਼ ਅ ਮੱਚ ਬੈਟਰ ਆਪਸ਼ਨ। ਸੋ ਇਨ ਕੇਸ ਅਗਰ ਰੂਲਸ ਚੇਂਜ ਵੀ ਹੋ ਜਾਂਦੇ ਆ ਤਾਂ ਵੀ ਤੁਹਾਡੀ ਜੋ ਸਬਮਿਟਿਡ ਐਪਲੀਕੇਸ਼ਨ ਆ ਉਸ ਦੇ ਉੱਪਰ ਇੰਪੈਕਟ ਨਹੀਂ ਆਉਂਦਾ ਐਂਡ ਮੱਚ ਸੇਫਰ ਆਪਸ਼ਨ ਆ ਤੁਹਾਡੇ ਲਈ। ਸਟਿਲ ਅਗਰ ਤੁਹਾਡੇ ਕੋਈ ਵੀ ਡਾਊਟਸ ਆ, ਕੋਈ ਵੀ ਕੁਐਰੀਜ਼ ਆ ਸਪਾਊਜ਼ਲ ਓਪਨ ਵਰਕ ਪਰਮਿਟ ਐਪਲੀਕੇਸ਼ਨਸ ਨੂੰ ਲੈ ਕੇ, ਯੂ ਕੈਨ ਰੀਚ ਆਊਟ ਟੂ ਅਸ ਔਰ ਯੂ ਕੈਨ ਲੀਵ ਅ ਕਮੈਂਟ ਬਿਲੋ ਐਂਡ ਵੀ ਵਿਲ ਗੈਟ ਬੈਕ ਟੂ ਯੂ। ਗੁੱਡ ਲੱਕ ਵਿਦ ਦੀ ਐਪਲੀਕੇਸ਼ਨਸ, ਟੇਕ ਕੇਅਰ।